एक बारी दो बारी तीन बारी चार बारी चारों बारी 700 ग्राम समान दे के लोगों को किलो किलो के समान के पैसे लेंगे कहना को जो भी तुम लेने समान 1200 अपने परिवार के नाल अपने किसी भैन भरावान पकौड़े खान बैठोगे तो मैं तुहानू रिक्वेस्ट करना कि जदों भी तुसी पकौड़े लैने जे इन्हां कोलों कोई भी चीज़ लैनी है अपनियां अखां दे सामने उहदा नाप तौल पूरा करके फिर लैनी आ जिहड़ी चीज़ तुसी इत्थे किलो दे पैसे दे के जाने ये तुहानू 700 ग्राम की चीज़ दे के तो तुहाडे कोलों किलो दे पकौड़े लै रहे आ किलो पकौड़िया दे पैसे लैणगे तुहाडे कोल शरेआम चोरी आ गुंडागर्दी आ पंजाब दे विच जिहड़ी बेईमानी आ उह हजे तक रुक नहीं रही और इन्हां लोकां नूं पता नहीं कदों समझ आउणी आ बंदा अपने परिवार दे नाल अपने किसी रिश्तेदार नाल अपने उह कितना मेहनत करके बाजारां च पहुँचदे आ ते कोई समान दी खरीदो खराद करदे आ कि तां कि हरेक दे घर चल सकन पर इन्होंने अज साबित करके दिखाता कि जिहड़ी बेईमानी आ उह कदी बंद नहीं होने वाली शहर मुकेरियां दे विचों कोई भी इस वीडियो नूं साडा कोई सरकारी अफसर जां इहदे संबंधित जिन्ने भी अफसर साहिबान जिहड़े पैंदे ने इदां दीआं दुकानां ते इन्हां ते सख्त तों सख्त कार्रवाई होवे मैं अवतार सिंह सेखों किसान जथेबंदी तों जिला प्रधान अगर इन्हां दे कुछ दिन दे विच विच दो तों चार दिन दे विच इस दुकान ते अगर कोई कार्रवाई नहीं हुंदी ते असीं अपनी जथेबंदी दे वल्लों 4-5 दिन दे विच कोई ना कोई वड्डा ऐलान करांगे तां कि इदां दे बेईमानां नूं जिहड़ी आ नत्थ पाई जा सके। हाँ जी परमजीत सिंह जी तुसीं की कहना चाहुंदे इस बारे विच? देखो जी मैं इत्थे असीं 5-7 जणे आए असीं इन्हां नूं कहा वी सानूं किलो पकौड़े चाहीदे आ अंदर बहि के असीं पकौड़े खाणे जी इन्हां ने सानूं 2 प्लेटां जी पकौड़े पा के दित्ते ਉਹ ਸਾਨੂੰ ਥੋੜ੍ਹੀ ਜਿਹੀ ਸ਼ੱਕ ਹੋਈ ਵੀ ਪਕੌੜੇ ਘੱਟ ਸੀਗੇ ਦੂਜੀ ਵਾਰੀ ਫੇਰ ਕਿਹਾ ਕਿਲੋ ਉਹ ਫੇਰ ਘੱਟ ਕਰਕੇ ਲਿਆਏ ਇਹ ਤੀਜੀ ਵਾਰੀ ਫੇਰ ਇਹਨਾਂ ਕੋਲ ਲਏ ਇਹਨੀ ਫੇਰ 700 ਗ੍ਰਾਮ ਤੋਲ ਕੇ ਪਲੇਟਾਂ 'ਚ ਰੱਖਤੇ ਵੀ ਇਹਨਾਂ ਨੂੰ ਕੀ ਪਤਾ ਲੱਗਣਾ ਖਾ ਕੇ ਨਹੀਂ ਚੱਲ ਜਾਣਾ ਕਿਲੋ ਕਿਲੋ ਦੇ ਹਿਸਾਬ ਨਾਲ ਪੈਸੇ ਲੈ ਲੈਣੇ ਆ ਚੌਥੀ ਵਾਰੀ ਫੇਰ ਜਦੋਂ ਕਰਾਏ ਤਾਂ ਉਹ ਮੁੜ ਕੇ ਤਲਾਏ ਤਾਂ 700 ਗ੍ਰਾਮ ਉਹ ਪਕੌੜੇ ਨਿਕਲੇ ਮੰਨ ਲਓ ਹਰ ਵਾਰੀ ਸਾਨੂੰ 700 ਗ੍ਰਾਮ ਦੇ ਹਿਸਾਬ ਨਾਲ ਇਹਨੀ ਕਿਲੋ ਦੇ ਹਿਸਾਬ ਨਾਲ ਪੈਸੇ ਲੈ ਕੇ 700 ਗ੍ਰਾਮ ਪਕੌੜੇ ਦਿੰਦੇ ਰਹੇ ਸਾਨੂੰ ਇਸ ਕਰਕੇ ਇਹਨਾਂ ਦੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਕਾਨੂੰਨੀ ਵੀ ਕਾਰਵਾਈ ਔਰ ਜਿੰਨੇ ਵੀ ਗ੍ਰਾਹਕ ਇਹਨਾਂ ਦੇ ਆਉਂਦੇ ਆ ਉਹ ਇਹਨਾਂ ਕੋਲ ਜੇ ਸਮਾਨ ਲੈਣਾ ਇਹਨਾਂ ਕੋਲ ਰੇਟ ਪੁੱਛ ਕੇ ਔਰ ਪਹਿਲਾਂ ਆਪਣੀ ਅੱਖਾਂ ਸਾਹਮਣੇ ਤਲਾ ਕੇ ਤੇ ਫੇਰ ਇਹਨਾਂ ਕੋਲ ਸਮਾਨ ਲੈਣ ਇਹ ਬੇਈਮਾਨ ਬੰਦੇ ਆ ਬੇਈਮਾਨੀ ਕਰਦੇ ਲੋਕਾਂ ਨਾਲ ਤੁਸੀਂ ਪੈਸੇ ਪੂਰੇ ਦਿੰਦੇ ਆ ਇਹ ਅੱਧਾ ਸਮਾਨ ਦਿੰਦੇ ਤੁਹਾਨੂੰ ਉਹਦੇ ਨਾਲ। ਹਾਂਜੀ ਮਾਨਜੀਤ ਸਿੰਘ ਜੀ ਬਹੁਤ ਹੀ ਪਿਆਰ ਤੇ ਸਤਿਕਾਰਯੋਗ ਮਕੇਰੀਆਂ ਵਾਸੀਓ ਜੋ ਆ ਪਕੌੜਿਆਂ ਦੀ ਦੁਕਾਨ ਆ ਇਹਦਾ ਜਿਹੜਾ ਮਦਦਗਾਰ ਬੰਦਾ ਨਾ ਇਹਦਾ ਜਿਹੜਾ ਵੀ ਮਦਦਗਾਰ ਉਹ ਵੀ ਇੱਕ ਚੋਰ ਆ ਜਿਹੜੀ ਵੀ ਇਹਦੇ ਇੰਨੀ ਮਾਰਕੀਟ ਵਿੱਚੋਂ ਕੋਈ ਸਪੋਰਟ ਕਰੂਗਾ ਵੀ ਇੱਕ ਚੋਰ ਸਾਬਤ ਹੋਊਗਾ। ਇਹ ਕਿਲੋ ਦੇ ਪੈਸੇ ਲੈਂਦੇ ਆ 700 ਗ੍ਰਾਮ ਤੋਲਦੇ ਆ ਵਿੱਚ ਇਹਨਾਂ ਨੂੰ 3 ਵਾਰੀ ਪੁੱਛਿਆ ਕਿਲੋ ਆ ਕਹਿੰਦੇ ਕਿਲੋ ਆ ਮੁੰਡਿਆਂ ਨੂੰ ਇਹਨੀ ਪਤਾ ਨਹੀਂ ਕੀ ਕਿਹਾ ਆ ਜਾਂ ਪੜਾਇਆ ਆ ਜਾਂ ਉਹਨਾਂ ਨੂੰ ਕੁੱਟਦੇ ਆ ਮਾਰਦੇ ਆ ਜਿਹੜੇ ਇਹਨਾਂ ਤੋਂ ਨਿਆਣੇ ਕੰਮ ਕਰਦੇ ਇਹ ਘੱਟ ਤੋਲ ਕੇ ਇਦਾਂ ਕਰਦੇ ਸਾਨੂੰ ਆਪਣਾ ਕੋਈ ਨਹੀਂ ਅਸੀਂ ਇਹਨਾਂ ਨੂੰ ਪੂਰੇ ਪੈਸੇ ਦੇ ਕੇ ਜਾਣੇ ਆ ਪਰ ਜਿਹੜੇ ਹੈਗੇ ਆ ਇਹ ਹੋਰ ਲੋਕ ਉਹ ਰੋਜ਼ ਇਹਨਾਂ ਤੋਂ ਇਦਾਂ ਹੀ ਠਗੇ ਜਾਂਦੇ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਦੇ ਕੰਡੇ ਜ਼ਰੂਰ ਚੈੱਕ ਕਰਨ ਆਪਾਂ ਉੱਤੇ ਅਫਸਰ ਨਾਲ ਵੀ ਗੱਲ ਕਰਕੇ ਇਹਨੂੰ ਬੰਦੇ ਦਾ ਪੁੱਤ ਬਣਾਉਂਦੇ ਆ ਜੇ ਵੀ ਆਪਣੀ ਗਲਤੀ ਨਹੀਂ ਮੰਨਦਾ ਇਹ ਗਲਤੀ ਮੰਨ ਲਏ ਆ ਸਾਰਾ ਕੁਝ ਬੰਦ ਕਰ ਦਾਂਗੇ। ਹਾਂਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਦੱਸੋ। ਮੈਂ ਬਾਈ ਜੀ ਤੁਸੀਂ ਕਰ ਰਿਹਾ ਵੀ ਮੈਂ ਕਿਹੜਾ ਜਿੰਨਾ ਨਹੀਂ ਤੁਸੀਂ ਦੱਸੋ ਤੁਸੀਂ ਜੋਖੇ ਕਿੰਨੇ ਆ? ਮੈਂ ਵੀ ਜਿੰਨੇ ਕਿਹਾ ਮੈਂ ਉਹਨੇ ਭੇਜਦੇ ਆ। ਗਲਤੀ ਮੰਨਦਾ ਨਹੀਂ ਤੁਸੀਂ ਕਿਲੋ ਦੇ ਕਿੰਨੇ ਭੇਜੇ ਆ ਜੀ? ਮੈਂ ਵੀ 2 ਮਿੰਟ ਤੋਂ ਪਹਿਲੇ 3 ਵਾਰ ਕਿਹਾ ਭੇਜੇ ਜਦੋਂ ਦੁਬਾਰਾ ਦਿਖਾਇਆ ਉਹ ਕਿੰਨੇ ਨਿਕਲੇ? ਉਹ 3 ਵਾਰ ਦੁਬਾਰਾ ਫਿਰ 3 ਵਾਰ ਭੇਜੇ 700 ਗ੍ਰਾਮ ਜਾਂ 750 ਗ੍ਰਾਮ ਨਿਕਲੇ? ਕਿੰਨੇ ਵਾਰ 3 ਵਾਰ ਭੇਜੇ ਭਾਜੀ ਮੈਂ? ਕਿੰਨੇ ਗ੍ਰਾਮ ਨਿਕਲੇ ਕਿਲੋ ਦੇ ਕਿੰਨੇ ਗ੍ਰਾਮ ਨਿਕਲੇ ਆ ਜੀ? ਮੈਂ ਤਾਂ ਇੱਕ ਮੈਂਬਰ ਮੈਨੂੰ ਜਿਹੜਾ weight ਪੁੱਛ ਰਿਹਾ ਮੈਂ ਜੀ ਜਿਹੜੇ weight ਪੁੱਛ ਰਹੇ ਆ ਕਿਲੋ ਦੇ ਕਿੰਨੇ ਗ੍ਰਾਮ ਨਿਕਲੇ ਆ? 700 ਗ੍ਰਾਮ ਨਿਕਲੇ ਆ ਜੀ। ਤੇ ਫਿਰ ਗਲਤੀ ਮੰਨਦੇ ਆ ਇਸ ਚੀਜ਼ ਦੀ? ਪਹਿਲੇ ਕਿਹਾ ਭਾਈ ਤੁਸੀਂ ਮੰਨਦੇ ਆ ਗਲਤੀ ਇਸ ਚੀਜ਼ ਦੀ? ਗਲਤੀ ਮੰਨਦੇ ਆ ਤੁਸੀਂ? ਮੇਰੀ ਗਲਤੀ ਹੋਈ ਹੋਰ ਚਲੋ ਠੀਕ ਹੈ ਭਾਈ ਹੁਣ ਪਹਿਲੇ ਓਕੇ ਜੀ। ਹਾਂਜੀ ਇਹ ਜੀ ਮੰਨ ਗਿਆ ਜੀ ਵੀ ਗਲਤੀ ਆ ਸਾਡੀ। ਚਲੋ ਬਾਕੀ ਆਪਾਂ ਲੋਕਲ ਜਿੰਨੇ ਵੀ ਪ੍ਰਸ਼ਾਸਨ ਉਹਨਾਂ ਗੱਲਬਾਤ ਕਰਾਂਗੇ ਠੀਕ ਆ ਜੀ ਓਕੇ।